कांग्रेस पार्टी के उम्मीदवार डॉक्टर राज ने होशियारपुर में पड़ते गांव बसी जोरा में 2017 विधानसभा चुनाव संबंधी नीतियों की जानकारी देने हेतु एक गाड़ी को हरी झंडी दिखा रवाना किया। इस मौके डॉक्टर राज ने कहा कि भारत की कुल आबादी का बहुत बड़ा हिस्सा दलित और गरीब की तरफ कोई पार्टी ध्यान नहीं देती। इसी के मद्देनजर कांग्रेस पार्टी दलितों और गरीबों के लिए स्कीमें ला रही है, जिससे उन्हें गरीबी की मार से राहत दिलाई जाएगी। पेश है इस संबंधी हमारी रिपोर्ट। ਇਹ ਅਸੀਂ ਅੱਜ ਜਿਹੜੀ ਗੱਡੀ ਅਸੀਂ ਰਿਲੀਜ਼ ਕਰਨ ਜਾ ਰਹੇ ਹਾਂ, ਜਿਹੜੀ ਅਸੀਂ ਵੈਨ ਰਿਲੀਜ਼ ਕਰਨ ਜਾ ਰਹੇ ਹਾਂ, ਉਹਦੇ ਵਿੱਚ ਅੱਜ ਜਿਹੜਾ ਮੇਨ ਏਜੰਡਾ ਸਾਡੇ ਨੈਸ਼ਨਲ ਚੇਅਰਮੈਨ ਕੇ ਰਾਜੂ ਜੀ ਉਚੇਚੇ ਤੌਰ ਤੇ ਆਏ ਆ, ਉਹਦਾ ਜਿਹੜਾ ਮੇਨ ਏਜੰਡਾ ਹੈ ਦਲਿਤ ਇਸ਼ੂਜ਼ ਬਾਰੇ ਦੱਸਣਾ ਤੇ ਦਲਿਤ ਨੂੰ ਅਸੀਂ ਕੀ ਦੇਣ ਜਾ ਰਹੇ ਹਾਂ, ਕਾਂਗਰਸ ਪਾਰਟੀ ਕੀ ਦੇਣ ਜਾ ਰਹੀ ਹੈ, 2017 ਸਰਕਾਰ ਬਣਨ ਤੇ ਕੈਪਟਨ ਅਮਰਿੰਦਰ ਸਿੰਘ ਜੀ ਕੀ ਕਰਨ ਜਾ ਰਹੇ ਹੈ ਦਲਿਤਾਂ ਤੇ ਗਰੀਬਾਂ ਲਈ, ਉਹਦੇ ਵਿੱਚ ਖਾਸ ਤੌਰ ਤੇ ਉਸਦਾ ਜ਼ਿਕਰ ਕੀਤਾ ਗਿਆ। ਜਿਸ ਤਰ੍ਹਾਂ ਸਭ ਤੋਂ ਪਹਿਲਾਂ ਦਲਿਤਾਂ ਦੇ ਲਈ ਪੜ੍ਹਾਈ ਜਿਹੜੀ ਆ, ਦਲਿਤਾਂ ਲਈ ਇੱਕ ਆਮ ਗਰੀਬ ਲਈ ਚਾਹੇ ਕਿਸੇ ਵੀ ਸਮਾਜ ਦਾ, ਉਸ ਗਰੀਬ ਦੇ ਲਈ ਪੜ੍ਹਾਈ ਜਿਹੜੀ ਬਹੁਤ ਜ਼ਰੂਰੀ ਹੈ। ਇਸ ਕਰਕੇ ਦਲਿਤਾਂ ਨੂੰ ਤੇ ਗਰੀਬਾਂ ਨੂੰ ਜਿਹੜੀ ਗ੍ਰੈਜੂਏਸ਼ਨ ਤੱਕ ਪੜ੍ਹਾਈ ਹੈ ਉਹ ਮੁਫਤ ਕਰਨ ਦਾ ਫੈਸਲਾ ਕੀਤਾ ਹੈ, ਔਰ ਪੜ੍ਹਾਈ ਤੋਂ ਇਲਾਵਾ ਜਿਹੜੀ ਸਿਹਤ ਹੈ ਉਹ ਵੀ ਬਹੁਤ ਇੰਪੋਰਟੈਂਟ ਹੈ, ਔਰ ਉਸ ਸਿਹਤ ਦੇ ਲਈ ਹੈਲਥ ਐਂਡ ਲਾਈਫ ਇੰਸ਼ੋਰੈਂਸ ਸਕੀਮ ਜਿਹੜੀਆਂ ਹੈ ਉਹ ਵੀ ਦਲਿਤ ਪਰਿਵਾਰਾਂ ਨੂੰ ਮੁਫਤ ਦੇਣ ਦਾ ਐਲਾਨ ਕੀਤਾ ਹੈ, ਔਰ ਨੌਜਵਾਨਾਂ ਨੂੰ ਖਾਸ ਤੌਰ ਤੇ ਜਿਹੜੇ ਸਾਡੇ ਦਲਿਤ ਨੌਜਵਾਨ ਹੈ ਜਾਂ ਦੂਸਰੇ ਗਰੀਬ ਨੌਜਵਾਨ ਹੈ ਉਹਨਾਂ ਨੂੰ ਹਰ ਘਰ ਦੇ ਵਿੱਚ ਇੱਕ ਰੁਜ਼ਗਾਰ ਦੇਣ ਦਾ ਵੀ ਵਾਅਦਾ ਕੀਤਾ ਹੈ, ਔਰ ਜਦ ਤੱਕ ਰੁਜ਼ਗਾਰ ਨਹੀਂ ਮਿਲਦਾ ਤਦ ਤੱਕ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਹੈ, ਆਟਾ ਦਾਲ ਸਕੀਮ ਜਿਹੜੀ ਉਹਦੇ ਨਾਲ ਚੀਨੀ ਪੱਤੀ ਐਡ ਕਰਨ ਦਾ ਵਾਅਦਾ ਕੀਤਾ, ਔਰ ਇਸ ਤਰ੍ਹਾਂ ਹੋਰ ਵੀ ਕਈ ਘੋਸ਼ਣਾਵਾਂ ਜਿਹੜੀਆਂ ਉਸ ਮੈਨੀਫੈਸਟੋ ਦੇ ਉਸ ਪੈਫਲੇਟ ਦੇ ਵਿੱਚ ਜਾਰੀ ਕਰਨੀਆਂ, ਜਿਹੜੀ ਅਸੀਂ ਗੱਡੀ ਰਿਲੀਜ਼ ਕਰਨ ਜਾ ਰਹੇ ਹਾਂ ਉਹਦੇ ਵਿੱਚ ਸਭ ਕੁਝ ਰਿਲੀਜ਼ ਕੀਤਾ ਜਾਣਾ ਜਿਹਦੇ ਸਾਡੇ ਕੇ ਰਾਜੂ ਜੀ ਰਿਲੀਜ਼ ਕਰ ਰਹੇ ਹਾਂ। ਉਹਦਾ ਮਕਸਦ ਇੱਕੋ ਹੀ ਹੈ ਵੀ ਉਸ ਜਿੰਨੇ ਵੀ ਸਾਡੇ ਵਾਅਦੇ ਆ ਜੋ ਅਸੀਂ ਅੱਜ ਵਾਅਦੇ ਕਰ ਰਹੇ ਹਾਂ, ਜੋ ਅਸੀਂ ਦੱਸਣਾ ਚਾਹੁੰਦੇ ਹਾਂ ਉਹ ਹਰ ਘਰ ਦੇ ਵਿੱਚ, ਹਰ ਨੁੱਕੜ ਦੇ ਵਿੱਚ, ਹਰ ਕੋਨੇ ਦੇ ਵਿੱਚ, ਸਾਡੇ ਹਲਕੇ 'ਚ ਵੀ, ਪੂਰੇ ਪੰਜਾਬ ਦੇ ਵਿੱਚ ਵੀ ਇਹ ਜਿਹੜਾ ਸੁਨੇਹਾ ਪਹੁੰਚਾਇਆ ਜਾਏਗਾ ਕਿ ਕਾਂਗਰਸ ਜੇਕਰ ਪੰਜਾਬ ਦੀ ਬਿਹਤਰੀ ਲਈ, ਜੇਕਰ ਦੇਸ਼ ਦੀ ਬਿਹਤਰੀ ਲਈ ਕੋਈ ਕੁਛ ਕਰ ਸਕਦਾ ਹੈ ਤਾਂ ਉਹ ਕਾਂਗਰਸ ਹੀ ਕਰ ਸਕਦੀ ਹੈ। ਕਾਂਗਰਸ ਦੀ ਦਲਿਤ ਹਿਤੈਸ਼ੀ ਹੈ, ਔਰਤਾਂ ਦੀ ਹਿਤੈਸ਼ੀ ਹੈ, ਸਮਾਜ ਦੀ ਹਿਤੈਸ਼ੀ ਹੈ, ਗਰੀਬਾਂ ਦੀ ਹਿਤੈਸ਼ੀ ਹੈ, ਸਰਵ ਧਰਮ ਹਿਤੈਸ਼ੀ ਜੇਕਰ ਕੋਈ ਹੈ ਤਾਂ ਸਿਰਫ ਤੇ ਸਿਰਫ ਕਾਂਗਰਸ ਹੈ।